श्रीकाल जी, मैं डॉक्टर स्वयं मान सिंह पखोके। पहला तो तुम सारा वैलकम आ मेरे पिंड पखोके। असी इस वेले अखाड़ा पखोके सरदार हरभजन सिंह पहलवान के अखाड़े मौजूद हाँ। तो रीज़न अज इतने आने काफ़ी ने। पहली गल क्योंकि ये साढ़े पिंड का गुरद्वारा आ, गुरु अंगद देव जी ने सानू एक बख्शिश दी आ अखाड़िया की। सो अखाड़े सिखा लई गुरद्वारे का काम करते ने। सो जिहड़ी स्पोर्ट्स आ ਉਹ ਸਾਡੀ ਇੱਕ ਅੰਦਰੂਨੀ ਇੱਕ ਸ਼ਕਤੀ ਆ ਜਿਹੜੀ ਸਾਨੂੰ ਗੁਰੂ ਸਾਹਿਬਾਂ ਵੱਲੋਂ ਆਈ ਆ। ਸੋ ਸਪੋਰਟਸ ਨਾਲ ਜੁੜਨਾ ਬਹੁਤ ਜ਼ਰੂਰੀ ਆ। ਭਲਵਾਨੀ ਨਾਲ ਖਾਸ ਕਰਕੇ ਮੱਲ ਅਖਾੜੇ ਜਿਹੜੇ ਸਥਾਪਿਤ ਹੋਏ ਉਹਨਾਂ ਨਾਲ ਜੁੜਨਾ ਬਹੁਤ ਜ਼ਰੂਰੀ ਆ। ਇੱਦਾਂ ਹੀ ਇਹ ਅਖਾੜਾ ਸਾਡੇ ਪਿੰਡ ਪੱਖੋਕੇ ਵਿੱਚ ਆ, ਉਹਦੇ ਬਾਰੇ ਤੁਹਾਨੂੰ ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇਵਾਂਗੇ। ਨਾਲ ਇਸ ਐਪੀਸੋਡ ਦੀ ਖਾਸੀਅਤ ਇਹ ਆ, ਕਿਉਂਕਿ ਮੈਂ ਹਰ ਇੱਕ ਐਪੀਸੋਡ 'ਚ ਕਹਿੰਦਾ ਕੋਲੈਸਟ੍ਰੋਲ ਬਾਰੇ ਜਾਂ ਹਾਰਟ ਡਿਜ਼ੀਜ਼ ਬਾਰੇ ਕਿ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰੋ, ਪਰ ਪਤਾ ਨਹੀਂ ਹੁੰਦਾ ਕਿ ਐਕਸਰਸਾਈਜ਼ ਕਰੀਏ ਕਿਹੜੀ। ਦੂਜੀ ਗੱਲ ਇਹ, ਬਹੁਤ ਲੋਕ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਜਿੰਮ ਨਹੀਂ ਜਾਂਦੇ, ਔਰ ਵੈਸੇ ਵੀ ਕਰੋਨਾ ਦੇ ਟਾਈਮ 'ਤੇ ਜਿੰਮ ਜਾਣਾ ਔਖਾ ਹੋ ਗਿਆ। ਸੋ ਅਸੀਂ ਅੱਜ ਤੁਹਾਨੂੰ ਸਾਰਾ ਕੁਝ ਉਹ ਦੱਸਣਾ ਮਿਨੀਮਲ ਜਿਹਦੇ ਵਿੱਚ ਕੋਈ ਵੇਟਸ ਦੀ ਲੋੜ ਹੋਊਗੀ, ਅਤੇ ਤੁਸੀਂ ਘਰੇ ਹੀ ਆਪਣੇ ਸਾਰੇ ਹੀ ਅੰਗਾਂ ਦੇ ਆਪਣੇ ਸਾਰੇ ਬਾਡੀ ਪਾਰਟਸ ਦੀ ਐਕਸਰਸਾਈਜ਼ ਕਰ ਸਕਦੇ ਹੋ। ਔਰ ਇਸ ਸਾਰੀਆਂ ਐਕਸਰਸਾਈਜ਼ਾਂ ਸਾਨੂੰ ਦੱਸਣਗੇ ਮੇਰੇ ਬਹੁਤ ਹੀ ਕਰੀਬੀ ਮਿੱਤਰ ਅੰਮ੍ਰਿਤਪਾਲ ਸਿੰਘ ਬੱਸਨ। ਮੈਂ ਇਹਨਾਂ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਇੰਟਰੋਡਕਸ਼ਨ ਦੇ ਦਾਂ ਕਿ ਪਹਿਲਾਂ ਤਾਂ ਪਹਿਲੀ ਗੱਲ ਇਹ ਬਹੁਤ ਹੀ ਪੰਜਾਬੀ ਸਿੰਗ ਜਿਹੜੀ ਆਪਣੀ ਫਿਲਮ ਇੰਡਸਟਰੀ ਆ, ਸਿੰਗਰਸ ਆ, ਉਹਨਾਂ ਦੇ ਟ੍ਰੇਨਰ ਵੀ ਹੈਗੇ ਨੇ, ਰਹਿ ਚੁੱਕੇ ਨੇ। ਦੂਜੀ ਗੱਲ ਜਿਹੜੀ ਸਾਡੀ ਹਾਕੀ ਦੀ ਅਕੈਡਮੀ ਆ, ਉਹਦੇ ਵੀ ਟ੍ਰੇਨਰ ਰਹਿ ਚੁੱਕੇ ਨੇ। ਮੈਂ ਜਦੋਂ ਇੰਡੀਆ ਆਉਂਦਾ ਮੈਂ ਇਹਨਾਂ ਤੋਂ ਇਹ ਟ੍ਰੇਨਿੰਗ ਲੈਂਦਾ। ਜਲੰਧਰ ਵਿੱਚ ਕਾਫੀ ਸੋਹਣੀ ਵਰਕਆਊਟ ਕਰਾ ਦਿੰਦੇ ਨੇ। ਮੈਨੂੰ ਲੱਗਦਾ ਜਿੰਨਾ ਮੇਰਾ ਸਰੀਰ ਦਾ ਅਸਰ ਇੱਕ ਸਾਲ ਵਿੱਚ ਪੈਂਦਾ ਉਹਨਾਂ ਇਹਨਾਂ ਦੇ ਨਾਲ ਕੰਮ ਕਰਕੇ 14 ਦਿਨ 'ਚ ਹੀ ਪੈ ਜਾਂਦਾ। ਸੋ ਅਸੀਂ ਤੁਹਾਨੂੰ ਅੱਜ ਕਲੀਅਰਲੀ ਪਾਰਟ ਬਾਏ ਪਾਰਟ ਪਹਿਲੀ ਗੱਲ ਤਾਂ ਐਕਸਰਸਾਈਜ਼ ਨਾਲ ਜੋੜਾਂਗੇ, ਨਾਲ ਨਾਲ ਤੁਹਾਨੂੰ ਐਕਸਰਸਾਈਜ਼ ਦੀਆਂ ਜਿਹੜੀਆਂ ਖੂਬੀਆਂ ਉਹਦੇ ਬਾਰੇ ਦੱਸਾਂਗੇ, ਨਾਲ ਤੁਹਾਨੂੰ ਆਪਣੇ ਪਿੰਡ ਜਿਹੜਾ ਪੱਖੋਕੇ ਅਖਾੜੇ ਦੇ ਨਾਲ ਜੋੜਾਂਗੇ, ਦੱਸਾਂਗੇ ਇੱਥੇ ਕੀ ਚੱਲਦਾ, ਕੀ ਕਰਦੇ ਹਾਂ। ਸੋ ਸ਼ੁਰੂ ਕਰਦੇ ਹਾਂ ਅੱਜ ਦਾ ਐਪੀਸੋਡ। ਪਹਿਲਾਂ ਸ਼ੁਰੂ ਕਰਾਂਗੇ ਸ਼ੋਲਡਰਸ ਤੋਂ। ਸੋ ਸ਼ੋਲਡਰਸ ਦੀ ਐਕਸਰਸਾਈਜ਼ ਤੋਂ ਸ਼ੁਰੂ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ, ਮੈਂ ਸ਼ਹਿਰ ਜਲੰਧਰ ਤੋਂ ਰਹਿਣ ਵਾਲਾ ਹਾਂ, ਅਤੇ ਮੈਂ ਅੱਜ ਤੁਹਾਨੂੰ ਜਿਮ ਦੀ ਐਕਸਰਸਾਈਜ਼ ਦੱਸਣਾ ਚਾਹੁੰਦਾ ਹਾਂ ਸ਼ੋਲਡਰ ਦੀ, ਜੋ ਕਿ ਬੇਸਿਕ ਐਕਸਰਸਾਈਜ਼ ਹੈ ਜੋ ਤੁਸੀਂ ਘਰ ਵੀ ਕਰ ਸਕਦੇ ਹੋ ਅਤੇ ਤੁਸੀਂ ਜਿਮ ਵਿੱਚ ਵੀ ਕਰ ਸਕਦੇ ਹੋ, ਕਿਉਂਕਿ ਜੇ ਤੁਸੀਂ ਐਕਸਰਸਾਈਜ਼ ਕਰਨੀ ਹੈ ਤਾਂ ਤੁਹਾਡਾ ਬੇਸਿਕ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਤੁਹਾਨੂੰ ਬੇਸਿਕ ਹੀ ਨਹੀਂ ਆਉਂਦਾ ਤਾਂ ਤੁਸੀਂ ਐਡਵਾਂਸ ਨਹੀਂ ਕਰ ਸਕਦੇ। ਸੋ ਤੁਹਾਨੂੰ ਅੱਜ ਸ਼ੋਲਡਰ ਦੀ ਐਕਸਰਸਾਈਜ਼ ਦੱਸ ਰਹੇ ਹਾਂ। ਫਰੰਟ ਪੇਜ ਆ, ਇਹ ਆਪਣਾ ਮੈਂਬਰ ਹੈ, ਪਲੀਜ਼ ਤੁਸੀਂ ਦੌੜ ਚੱਕੋ। ਇਹ ਫਰੰਟ ਸ਼ੋਲਡਰ ਪ੍ਰੈਸ ਆ, ਬਾਰਬਲ ਦੇ ਨਾਲ ਆਪਾਂ ਲਾ ਰਹੇ ਹਾਂ। ਇਹ ਬੇਸਿਕ ਐਕਸਰਸਾਈਜ਼ ਆ, ਸਭ ਤੋਂ ਸੌਖੀ ਐਕਸਰਸਾਈਜ਼ ਆ, ਪਲੀਜ਼ ਇਹਦੇ ਵੱਲ ਧਿਆਨ ਦੇਣਾ ਕਿ ਇਹ ਕਿੱਦਾਂ ਲਾ ਰਿਹਾ ਅਤੇ ਇਹਦੇ ਕੀ ਬੈਨੀਫਿਟਸ ਨੇ। ਹਾਂ, ਡਾਊਨ ਸਲੋ, ਅਪ ਹੋਲਡ, ਡਾਊਨ ਸਲੋ, ਅਪ ਡਾਊਨ ਸਲੋ, ਬ੍ਰੀਦ ਇਨ ਆਊਟ ਕਰੋ, ਬ੍ਰੀਦ ਅਪ ਆਊਟ, ਬ੍ਰੀਦ ਇਨ ਅਪ ਡਾਊਨ ਸਲੋ, ਅਪ ਡਾਊਨ ਸਲੋ, ਸਿਰ ਦੇ ਉੱਪਰ ਰੱਖੋ ਪਿੱਛੇ, ਹਾਂ ਬਹੁਤ ਵਧੀਆ, ਡਾਊਨ ਸਲੋ, ਬ੍ਰੀਦ ਆਊਟ, ਡਾਊਨ ਸਲੋ, ਅਪ ਡਾਊਨ ਸਲੋ, ਦੈਟਸ ਇਟ। ਹੁਣ ਆਪਾਂ ਨੈਕਸਟ ਐਕਸਰਸਾਈਜ਼ ਲਾਵਾਂਗੇ ਜੋ ਕਿ ਹੈ ਡੰਬਲ ਪ੍ਰੈਸ। ਇਹ ਵੀ ਬੇਸਿਕ ਐਕਸਰਸਾਈਜ਼ ਆ, ਸਭ ਤੋਂ ਈਜ਼ੀ ਐਕਸਰਸਾਈਜ਼ ਹੈਗੀ ਆ, ਅਗਰ ਤੁਸੀਂ ਇਹ ਸਿੱਖ ਲੈਂਦੇ ਹੋ ਤਾਂ ਤੁਸੀਂ ਜਾ ਕੇ ਅੱਗੇ ਐਡਵਾਂਸ ਵੀ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਡੰਬਲ ਪ੍ਰੈਸ ਤੋਂ। ਚਲੋ ਸ਼ੁਰੂ ਕਰੋ, ਬਹੁਤ ਵਧੀਆ, ਉੱਪਰ ਡੰਬਲ ਨੂੰ ਜੋੜੋ, ਹਾਂ ਹੋਲਡ, ਡਾਊਨ ਸਲੋ, ਬ੍ਰੀਦ ਆਊਟ ਕਰੋ, ਉੱਪਰ ਜਾਓ, ਹੋਲਡ ਕਰੋ, ਡਾਊਨ ਸਲੋ, ਬੈਲੈਂਸ ਰੱਖੋ, ਬੈਕ ਸਿੱਧੀ, ਅਪ। ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਕਾਹਲੀ ਨਹੀਂ ਕਰਨੀ ਆ, ਸੋ ਉਹਨੂੰ ਆਰਾਮ ਨਾਲ ਲਾਉਣਾ। ਬਹੁਤ ਵਧੀਆ, ਸ਼ਾਬਾਸ਼, ਹਾਂ ਸਲੋ ਲਗਾਓ, ਅਪ। ਇਹਨੂੰ ਹੋਲਡ ਰੱਖਣਾ ਅਤੇ ਸਿਰ ਦੇ ਉੱਪਰ ਹੀ ਹੋਲਡ ਰੱਖਣਾ, ਨੀਚੇ ਨਹੀਂ ਰੱਖਣਾ। ਬਹੁਤ ਵਧੀਆ, ਚਲੋ ਚਲੋ ਸ਼ਾਬਾਸ਼, ਟੂ ਮੋਰ ਲਾਵਾਂਗੇ, ਬਹੁਤ ਵਧੀਆ, ਬ੍ਰੀਦ ਇਨ ਆਊਟ ਕਰੋ, ਬ੍ਰੀਦ ਅਪ ਕਰੋ, ਡਾਊਨ ਸਲੋ, ਇੱਕ ਹੋਰ, ਸ਼ਾਬਾਸ਼, ਬਹੁਤ ਵਧੀਆ। ਇਹ ਆਪਾਂ ਜਿਹੜੀ ਐਕਸਰਸਾਈਜ਼ ਲਾਉਂਦੇ ਪਏ ਹਾਂ, ਜਿੱਦਾਂ ਆਪਾਂ ਪਹਿਲਾਂ ਫਰੰਟ ਸ਼ੋਲਡਰ ਬਾਰਬਲ ਲਾਈ ਆ, ਉਹਦੇ ਆਪਾਂ 4 ਤੋਂ 3 ਸੈੱਟ ਲਾ ਸਕਦੇ ਹਾਂ,
ਤੇ 12 ਤੋਂ 15 ਰੈਪ ਲਾ ਸਕਦੇ ਹਾਂ ਉਹ ਤੁਹਾਡੀ ਸਟੈਮਿਨਾ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਹ ਕਿੱਦਾਂ ਐਕਸਰਸਾਈਜ਼ ਲਾਣੀ ਹੈ ਅਗਰ ਤੁਹਾਡੇ ਕੋਲ 12 ਤੋਂ 10 ਨਹੀਂ ਲੱਗਦੇ ਤੁਸੀਂ 8 ਤੋਂ 6 ਤੋਂ ਸ਼ੁਰੂ ਕਰ ਸਕਦੇ ਹੋ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨਾ ਪਹਿਲੇ ਉਹਨੂੰ ਥੋੜਾ ਥੋੜਾ ਸ਼ੁਰੂ ਕਰਨਾ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਟੈਮਿਨਾ ਡਿਵੈਲਪ ਹੋ ਗਿਆ ਫਿਰ ਤੁਸੀਂ ਉਹਨੂੰ 10 ਵੀ ਕਰ ਸਕਦੇ ਹੋ 12 ਵੀ ਕਰ ਸਕਦੇ ਹੋ 15 ਵੀ ਕਰ ਸਕਦੇ ਹੋ ਜ਼ਿਆਦਾ ਹੈਵੀ ਵੇਟ ਚੱਕਣ ਨਾਲ ਕੁਝ ਨਹੀਂ ਹੁੰਦਾ ਤੁਸੀਂ ਆਪਣਾ ਬੇਸਿਕ ਵਧੀਆ ਰੱਖੋ ਅਗਰ ਤੁਸੀਂ ਬੇਸਿਕ ਵਧੀਆ ਰੱਖੋਗੇ ਤਾਂ ਹੀ ਤੁਸੀਂ ਅੱਗੇ ਜਾ ਕੇ ਵਧੀਆ ਸਟਰਕਚਰ ਬਣਾ ਸਕਦੇ ਹੋ ਹੈਵੀ ਵੇਟ ਤੇ ਜ਼ਿਆਦਾ ਫੋਕਸ ਨਹੀਂ ਕਰਨਾ ਲਾਈਟ ਵੇਟ ਐਂਡ ਆਰਾਮ ਨਾਲ ਐਕਸਰਸਾਈਜ਼ ਕਰਨੀ ਆ ਹੁਣ ਤੁਹਾਨੂੰ ਆਪਾਂ ਨੈਕਸਟ ਐਕਸਰਸਾਈਜ਼ ਦੱਸਦੇ ਹਾਂ ਸਾਈਡ ਰੇਸਿਸ ਹੈਗੀ ਆ ਸੋ ਆਰਾਮ ਨਾਲ ਰਿਲੈਕਸ ਰਹੋ ਹਾਂ ਠੀਕ ਹੈ ਆਰਾਮ ਨਾਲ ਈਜ਼ੀ ਅਪ ਕਰੋ ਬਰੀਦ ਇਨ ਬਰੀਦ ਆਊਟ ਬਰੀਦ ਇਨ ਬਰੀਦ ਆਊਟ ਬਹੁਤ ਵਧੀਆ ਸਾਹਮਣੇ ਦੇਖੋ ਆਹ ਦੇਖੋ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਟੂ ਮੋਰ ਖਿੱਚ ਬਹੁਤ ਵਧੀਆ ਈਜ਼ੀ ਦੋ ਹੋਰ ਲਾਵਾਂਗੇ ਬਹੁਤ ਵਧੀਆ ਸ਼ਾਬਾਸ਼ 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 ਇੱਕ ਹੋਰ ਵਧੀਆ ਬਸ ਇਹਦੇ ਵੀ ਆਪਾਂ 3 ਸੈੱਟ ਲਾਉਣੇ ਆ ਜਿਹਦੇ 12 ਤੋਂ 10 ਰੈਪ ਲਾ ਸਕਦੇ ਹਾਂ ਅਗਰ ਤੁਹਾਡਾ ਸਟੈਮਿਨਾ ਜ਼ਿਆਦਾ ਵਧੀਆ ਤਾਂ ਤੁਸੀਂ 15 ਤੋਂ 12 ਰੈਪ ਵੀ ਲਾ ਸਕਦੇ ਹੋ ਹੁਣ ਆਪਾਂ ਨੈਕਸਟ ਐਕਸਰਸਾਈਜ਼ ਹੋਰ ਲਾਉਂਦੇ ਹਾਂ ਫਰੰਟ ਸ਼ੋਲਡਰ ਫਰੰਟ ਸ਼ੋਲਡਰ ਹੈ ਹਾਂ ਇੱਥੇ ਡਾਊਨ ਸਲੋ ਆਹ ਚੀਜ਼ 'ਤੇ ਫੋਕਸ ਕਰੋ ਇਹ ਫਰੰਟ ਸ਼ੋਲਡਰ ਹੈ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਫੋਕਸ ਕਰਨਾ ਤੁਸੀਂ ਆਪਣੀ ਐਕਸਰਸਾਈਜ਼ 'ਤੇ ਕਿ ਤੁਹਾਡਾ ਮਾਈਂਡ ਸਿਰਫ ਆਹ ਮਸਲ 'ਤੇ ਹੀ ਹੋਣਾ ਚਾਹੀਦਾ ਆ ਹੋਰ ਕਿਤੇ ਨਹੀਂ ਜਾਣਾ ਚਾਹੀਦਾ ਕਿਸੇ ਹੋਰ ਚੀਜ਼ ਵੱਲ ਧਿਆਨ ਦਿਓਗੇ ਤਾਂ ਤੁਹਾਡਾ ਉਹ ਮਸਲ ਪੰਪ ਨਹੀਂ ਹੋਣਾ ਬਹੁਤ ਵਧੀਆ ਸ਼ਾਬਾਸ਼ ਅਪ ਅਪ ਹਾਂ ਬਰੀਦ ਇਨ ਆਊਟ ਕਰੀ ਜਾਓ ਬਹੁਤ ਵਧੀਆ ਬਰੀਦ ਇਨ ਕਰੋ ਸ਼ਾਬਾਸ਼ ਅਪ ਡਾਊਨ ਸਲੋ ਅਪ ਡਾਊਨ ਸਲੋ ਅਪ ਡਾਊਨ ਸਲੋ ਅਪ ਡਾਊਨ ਸਲੋ ਦੈਟਸ ਇਟ ਇਹਦੇ ਵੀ ਆਪਾਂ 3 ਸੈੱਟ ਲਾਉਣੇ ਆ 10 ਤੋਂ 12 ਜਾਂ ਤੁਹਾਡੇ ਅਕੋਰਡਿੰਗ ਸਟੈਮਿਨੇ ਦੇ 12 ਤੋਂ 15 ਤੁਸੀਂ ਲਾ ਸਕਦੇ ਹੋ 3-3 ਸੈੱਟ ਹੀ ਸਾਰੇ ਰੱਖਣੇ ਆ ਫਿਲਹਾਲ ਸਟਾਰਟਿੰਗ ਦੇ ਵਿੱਚ ਠੀਕ ਹੈ ਹੁਣ ਆਪਾਂ ਨੈਕਸਟ ਐਕਸਰਸਾਈਜ਼ ਆਵਾਂਗੇ ਡੰਬਲ ਸ਼ਰਗਸ ਹੈਗੇ ਨੇ ਜੋ ਸਾਡੀ ਲਾਸਟ ਐਕਸਰਸਾਈਜ਼ ਹੈ ਜੋ ਹੈ ਬੇਸਿਕ ਹੈ ਮੈਂ ਤੁਹਾਨੂੰ ਉਹ ਐਕਸਰਸਾਈਜ਼ ਦੱਸ ਰਿਹਾ ਐਡਵਾਂਸ ਦੇ ਵਿੱਚ ਤੁਸੀਂ ਜਿੰਨੀਆਂ ਮਰਜ਼ੀ ਐਕਸਰਸਾਈਜ਼ ਕਰ ਲਓ ਉਹਦਾ ਐਂਡ ਨਹੀਂ ਹੈ ਅਗਰ ਤੁਸੀਂ ਬੇਸਿਕ ਕਰੋਗੇ ਉਹ ਤੁਹਾਡੇ ਵਾਸਤੇ ਜ਼ਿਆਦਾ ਬੈਨੀਫਿਸ਼ੀਅਲ ਹੈਗਾ ਆ ਸੋ ਆਪਾਂ ਡੰਬਲ ਸ਼ਰਗਸ ਦੀ ਗੱਲ ਕਰਦੇ ਹਾਂ ਸੋ ਬ੍ਰਦਰ ਥੋੜ੍ਹੇ ਪੈਰ ਕਲੋਜ਼ ਕਰੋ ਚਲੋ ਸਟ੍ਰੇਟ ਹੋ ਬ੍ਰੀਥ ਇਨ ਆਊਟ ਕਰਨਾ ਉੱਪਰ ਕਰੋ ਹਾਂ ਹੋਲਡ ਕਰੋ ਡਾਊਨ ਸਲੋ ਅਪ ਪੂਰਾ ਉੱਪਰ ਹੋਲਡ ਡਾਊਨ ਸਲੋ ਅਪ ਡਾਊਨ ਸਲੋ ਬਹੁਤ ਵਧੀਆ ਸ਼ਾਬਾਸ਼ ਬਹੁਤ ਵਧੀਆ ਬ੍ਰੀਥ ਇਨ ਆਊਟ ਦਾ ਬਿਲਕੁਲ ਧਿਆਨ ਰੱਖਣਾ ਹੈ ਅਗਰ ਤੁਸੀਂ ਸਾਹ ਕਈ ਹੁੰਦੇ ਆ ਕਿ ਸਾਹ ਦੱਬ ਲੈਂਦੇ ਆ ਉਹਦੇ ਵਿੱਚ ਆਪਾਂ ਕੀ ਕਰਦੇ ਹਾਂ ਸਾਹ ਰੋਕ ਕੇ ਫਟਾਫਟ ਆਪਾਂ ਰੈਪੀਟੇਸ਼ਨ ਖਿੱਚਦੇ ਹਾਂ ਉਹ ਕੀ ਹੁੰਦਾ ਸਾਡੇ ਦਿਮਾਗ ਦੇ ਵਿੱਚ ਇੱਕ ਇੱਥੇ ਪੁਆਇੰਟ ਹੁੰਦਾ ਆ ਅਤੇ ਉਹ ਤਾਂ ਆਪਣਾ ਨੱਪ ਜਾਵੇ ਤਾਂ ਬਲੈਕਆਊਟ ਹੋ ਜਾਂਦਾ ਬੰਦਾ ਬੇਹੋਸ਼ ਵੀ ਹੋ ਸਕਦਾ ਸੋ ਬ੍ਰੀਥ ਇਨ ਆਊਟ ਦਾ ਬਿਲਕੁਲ ਧਿਆਨ ਰੱਖਣਾ ਆ ਸ਼ਾਬਾਸ਼ ਬ੍ਰਦਰ ਹਾਂ ਜਲਦੀ ਕਰਨ ਨਾਲ ਕੁਛ ਨਹੀਂ ਹੋਣਾ ਆਰਾਮ ਨਾਲ ਐਕਸਰਸਾਈਜ਼ ਕਰੋਗੇ ਤਾਂ ਹੀ ਤੁਹਾਨੂੰ ਇਫੈਕਟ ਪੈਣਾ ਉਸ ਤੋਂ ਇਲਾਵਾ ਇਫੈਕਟ ਨਹੀਂ ਪੈ ਸਕਦਾ ਸ਼ਾਬਾਸ਼ 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 ਬਹੁਤ ਵਧੀਆ ਸ਼ਾਬਾਸ਼ ਟੂ ਮੋਰ ਬਹੁਤ ਅੱਛੇ ਯੈਸ ਲਾਸਟ ਵਨ ਇਹਦੇ ਆਪਾਂ 4 ਸੈੱਟ ਲਾ ਸਕਦੇ ਹਾਂ ਕਿਉਂਕਿ ਇਹ ਲਾਸਟ ਐਕਸਰਸਾਈਜ਼ ਹੈਗੀ ਆ ਸੋ ਜਿੱਦਾਂ ਕਿ ਤੁਸੀਂ ਇਹ ਸਾਰੀ ਐਕਸਰਸਾਈਜ਼ ਦੇਖੀਆਂ ਵਾ ਸਮਝੀਆਂ ਵਾ ਸੋ ਇਹਨੂੰ ਇੱਦਾਂ ਹੀ ਐਕਸਰਸਾਈਜ਼ ਲਾਇਓ ਤਾਂ ਕਿ ਤੁਹਾਨੂੰ ਬੇਸਿਕ ਪਤਾ ਲੱਗੇ ਇਹਦੇ ਜੋ ਸਟਰਕਚਰਸ ਹੈਗੇ ਆ ਤੁਹਾਨੂੰ ਵਧੀਆ ਹੋਵੇ ਅਤੇ ਤੁਸੀਂ ਇਹੀ ਐਕਸਰਸਾਈਜ਼ ਲਾ ਸਕਦੇ ਹੋ ਰੂਟੀਨ 'ਚ ਲਾ ਸਕਦੇ ਹੋ ਘੱਟੋ ਘੱਟ ਇੱਕ ਸ਼ਡਿਊਲ ਨੂੰ 1-2 ਮਹੀਨੇ ਫੋਲੋ ਕਰਨਾ ਹੁੰਦਾ ਤਾਂ ਉਹ ਰਿਜ਼ਲਟ ਆਉਂਦਾ ਐਂਡ ਅਦਰਵਾਈਜ਼ ਅਗਰ ਤੁਸੀਂ ਹਰ ਵਾਰ ਚੇਂਜ ਕਰੋਗੇ ਤਾਂ ਰਿਜ਼ਲਟ ਨਹੀਂ ਆਉਂਦਾ ਜਿੱਦਾਂ ਕਿ ਕੋਚ ਸਾਹਿਬ ਨੇ ਦੱਸਿਆ ਜਿਹੜੀ ਟ੍ਰੇਨਿੰਗ ਆ ਤੁਸੀਂ ਸਦਾ ਹੌਲੀ ਹੌਲੀ ਸ਼ੁਰੂ ਕਰਦੇ ਜੋ ਪਹਿਲੇ ਦਿਨ ਹਰ ਇੱਕ ਐਕਸਰਸਾਈਜ਼ ਦਾ ਇੱਕ ਸੈੱਟ ਲਾਓ ਸੈੱਟ ਮਤਲਬ ਕਿ ਜਿਹੜੀ ਐਕਸਰਸਾਈਜ਼ ਸ਼ੁਰੂ ਕਰਨੀ ਉਹ ਕਿੰਨੀ ਵਾਰੀ ਕਰਦੇ ਜੋ ਰੈਪਸ ਹੁੰਦੇ ਆ ਕਿੰਨੀ ਵਾਰੀ ਤੁਸੀਂ ਉਹਨਾਂ ਨੂੰ ਹਿਲਾਉਂਦੇ ਜਿੱਦਾਂ ਆ ਆ ਇੱਕ ਰੈਪ ਹੋ ਗਿਆ ਆ ਆ ਹੁਣ 2 ਰੈਪ ਹੋ ਗਏ ਇਹਨੂੰ ਅਸੀਂ ਰੈਪਸ ਆਉਂਦੇ ਹਾਂ ਅਤੇ ਸੈੱਟ ਕਿੰਨੀ ਵਾਰੀ ਉਹ ਤੁਸੀਂ ਐਕਸਰਸਾਈਜ਼ ਅਲੱਗ ਅਲੱਗ ਵਾਰੀ ਕਰਦੇ ਜੋ ਹੁਣ ਮੈਂ ਤੁਹਾਨੂੰ ਇੱਕ ਸ਼ੋਲਡਰ ਦੀ ਜਿਹੜੀ ਮੇਰੀ ਫੇਵਰੇਟ ਐਕਸਰਸਾਈਜ਼ ਆ ਉਹ ਦੱਸਣ ਲੱਗਾ ਸੋ ਇਹ ਬਹੁਤ ਸਲੋ ਇਹ ਐਕਚੁਲੀ ਐਕਸਰਸਾਈਜ਼ ਦੇ ਐਂਡ 'ਤੇ ਨੋਰਮਲੀ ਮੈਂ ਕਰਦਾ ਸੋ ਤੁਸੀਂ ਲਾਈਟ ਤੋਂ ਲਾਈਟ ਭਾਵੇਂ ਕੋਈ ਵੀ ਵੇਟ ਨਾ ਫੜੋ ਜੇ ਤੁਹਾਡੇ ਘਰ 'ਚ ਵੇਟ ਨਹੀਂ ਹੈਗੇ ਕੈਨਸ ਫੜ ਸਕਦੇ ਜੋ ਬੋਤਲਾਂ ਫੜ ਸਕਦੇ ਜੋ ਸੋ ਤੁਸੀਂ ਉਹਨੂੰ ਇੱਦਾਂ ਲੈਣਾ ਹੌਲੀ ਹੌਲੀ ਉੱਪਰ ਕਰਨਾ
ਇੱਥੋਂ ਹੱਥ ਘੁਮਾ ਕੇ ਪੂਰਾ ਉੱਪਰ ਇਦਾਂ ਥੱਲੇ ਲੈ ਕੇ ਆਉਣਾ ਹੌਲੀ ਹੌਲੀ ਜਿੰਨਾ ਹੌਲੀ ਉਹਨਾਂ ਹੀ ਕੰਮ ਕਰੂਗਾ ਫਿਰ ਇਹਨੂੰ ਤੁਸੀਂ ਅੱਗੇ ਲੈ ਕੇ ਆ ਸਕਦੇ ਜੋ ਇਦਾਂ ਹੀ ਇਦਾਂ ਹੌਲੀ ਥੱਲੇ ਫਿਰ ਇਦਾਂ ਇਦਾਂ ਸਾਰੀ ਮੂਵਮੈਂਟ ਹੌਲੀ ਹੌਲੀ ਇਹ ਸ਼ੋਲਡਰ ਨੂੰ ਸ਼ੇਪ ਵੀ ਦਿੰਦੀ ਆ ਜੇ ਤੁਹਾਡੇ ਕਦੀ ਇੰਜਰੀ ਹੋਈ ਆ ਉਹਨੂੰ ਸਟਰੈਂਥਨ ਵੀ ਕਰਦੀ ਆ ਇਹਨੂੰ ਤੁਸੀਂ ਸ਼ੁਰੂ ਤੋਂ 10 ਵਾਰੀ 12 ਵਾਰੀ 15 ਵਾਰੀ ਅਲੱਗ ਅਲੱਗ ਜਿੱਦਾਂ ਮੂਵਮੈਂਟ 'ਤੇ ਉੱਪਰ ਅਤੇ ਥੱਲੇ ਇਹ ਕਰਨਾ ਹੁਣ ਸ਼ੋਲਡਰ ਕਿਉਂ ਇੰਪੋਰਟੈਂਟ ਆ ਇੱਕ ਤੁਹਾਡਾ ਵੈਸੇ ਚਲੋ ਵਿਖਣ ਲਈ ਕਿ ਤੁਹਾਨੂੰ ਇਹ ਜ਼ਰੂਰੀ ਮਸਲ ਪਾਰਟ ਆ ਪਰ ਵੱਡੀ ਉਮਰ 'ਚ ਸਾਡੇ ਜਿਹੜੀਆਂ ਕਾਮਨ ਇੰਜਰੀਜ਼ ਆ ਉਹ ਸ਼ੋਲਡਰ ਦੀਆਂ ਹੁੰਦੀਆਂ ਕਦੀ ਕੋਈ ਡਿੱਗ ਪੈਂਦਾ ਅਸੀਂ ਵੇਖਦੇ ਹਾਂ ਉਹਦੇ ਸ਼ੋਲਡਰ ਦੀ ਇੰਜਰੀ ਹੋ ਜਾਂਦੀ ਆ ਸੋ ਸ਼ੋਲਡਰ ਨੂੰ ਸਟਰੋਂਗ ਕਰਨਾ ਮਤਲਬ ਕਿ ਤੁਸੀਂ ਆਪਣੀ ਵੱਡੀ ਉਮਰ ਤੱਕ ਜਿਹੜੇ ਤੁਹਾਡੇ ਬਾਕੀ ਮਸਲ ਆ ਆਰਮ ਦੇ ਸਾਈਡ ਦੇ ਉਹਨਾਂ ਨੂੰ ਰੂਟੇਨ ਕਰ ਸਕਦੇ ਜੋ ਸੋ ਇਹ ਸਾਰੀਆਂ ਅਸੀਂ ਸ਼ੋਲਡਰ ਦੀ ਐਕਸਰਸਾਈਜ਼ਾਂ ਅਗੇਨ ਮੈਨੂੰ ਮੈਂ ਮਹਿਸੂਸ ਕਰਦਾ ਜਿਮ ਟ੍ਰੇਨਰ ਸਾਰੇ ਅਫੋਰਡ ਨਹੀਂ ਕਰ ਸਕਦੇ ਸੋ ਸਾਡੀ ਇਹ ਥੋੜ੍ਹੀ ਜਿਹੀ ਕੋਸ਼ਿਸ਼ ਆ ਕਿ ਐਕਸਰਸਾਈਜ਼ ਤੁਹਾਡੇ ਤੱਕ ਲੈ ਕੇ ਆਈਏ ਫਿਊਚਰ ਵਿੱਚ ਵੀ ਇੱਦਾਂ ਕਰਦੇ ਰਵਾਂਗੇ ਸਟਾਰਟ ਆ ਕਿਉਂਕਿ ਮੈਨੂੰ ਪਤਾ ਕਿ ਬਹੁਤ ਵਾਰੀ ਲੋਕ ਝਿਜਕਦੇ ਆ ਜਿਮ ਜਾਣਾ ਸੋ ਪਹਿਲਾਂ ਆਪਾਂ ਘਰੋਂ ਹੀ ਸ਼ੁਰੂ ਕਰਦੇ ਹਾਂ ਘਰੇ ਤੁਸੀਂ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਆਪਣੀ ਬਾਡੀ ਵਧੀਆ ਫਿੱਟ ਕਰਨ ਲਈ ਦੂਜੀ ਗੱਲ ਇੱਕ ਮੈਨੂੰ ਨਾ ਬੜਾ ਆਮ ਕੁਐਸਚਨ ਜਿਹੜਾ ਲੋਕ ਇੰਡੀਆ ਵਿੱਚ ਖਾਸ ਕਰਕੇ ਪੁੱਛਦੇ ਆ ਉਹ ਇਹ ਹੁੰਦਾ ਕਿ ਯਾਰ ਮੈਨੂੰ ਹਾਰਟ ਅਟੈਕ ਹੋ ਗਿਆ ਅਤੇ ਹੁਣ ਮੈਂ ਐਕਸਰਸਾਈਜ਼ ਨਹੀਂ ਕਰ ਸਕਦਾ ਜਾਂ ਮੈਂ ਹੁਣ ਖਤਮ ਹੋ ਗਿਆ ਇਹ ਬਹੁਤ ਹੀ ਵੱਡੀ ਗਲਤ ਫਹਿਮੀ ਆ ਕਿਉਂਕਿ ਇੱਕ ਸਟੱਡੀ ਸੀ ਜਿਹਨੇ ਫਾਇੰਡ ਕੀਤਾ ਕਿ ਜਿਹੜੇ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਅਤੇ ਜੇ ਉਹ 7ਵੇਂ ਦਿਨ ਤੋਂ ਬਾਅਦ ਐਕਸਰਸਾਈਜ਼ ਸ਼ੁਰੂ ਕਰ ਦਿੰਦੇ ਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਭੱਜਣ ਲੱਗ ਪਓ ਮੈਰਾਥੋਨ ਭੱਜਣ ਲੱਗ ਪਓ ਬਟ ਹੌਲੀ ਹੌਲੀ ਆਪਣੇ ਸਰੀਰ ਨੂੰ ਕਾਇਮ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਦਾ ਡੈਥ ਰੇਟ ਆਲਮੋਸਟ 25% ਡਰੋਪ ਕਰ ਜਾਂਦਾ ਕਿ ਤੁਹਾਡੇ ਮਰਨ ਦੇ ਚਾਂਸਿਸ ਉਹ ਹਾਰਟ ਅਟੈਕ ਕਰਕੇ ਅੱਗਿਓਂ ਫਿਊਚਰ 'ਚ ਉਹ ਘੱਟ ਜਾਂਦੇ ਆ ਨਾ ਕਿ ਜਸਟ ਤੁਹਾਡੇ ਹਾਰਟ ਅਟੈਕ ਦੇ ਚਾਂਸਿਸ ਘੱਟ ਜਾਂਦੇ ਆ ਬਾਕੀ ਐਕਸਰਸਾਈਜ਼ ਦੇ ਓਵਰਆਲ ਬਹੁਤ ਜ਼ਿਆਦਾ ਚੰਗੀਆਂ ਚੀਜ਼ਾਂ ਜਿਹੜੀਆਂ ਐਕਸਰਸਾਈਜ਼ ਕਰਕੇ ਨੰਬਰ 1 ਜਿੱਦਾਂ ਆਪਾਂ ਬਲੱਡ ਪ੍ਰੈਸ਼ਰ ਵਾਲੇ ਐਪੀਸੋਡ 'ਚ ਗੱਲ ਕੀਤੀ ਕਿ ਬਾਏ ਜਸਟ ਜੇ ਤੁਸੀਂ ਭਾਰ ਹੀ ਘਟਾਉਂਦੇ ਹੋ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਆਲਮੋਸਟ 1 ਕਿਲੋ ਤੁਸੀਂ ਭਾਰ ਘਟਾਇਆ 3 ਪੁਆਇੰਟ ਸਿਸਟੋਲਿਕ ਜਿਹੜਾ ਉੱਪਰਲਾ ਬਲੱਡ ਪ੍ਰੈਸ਼ਰ ਤੁਹਾਡਾ ਘੱਟ ਜਾਂਦਾ ਸੋ ਜੇ ਤੁਸੀਂ 10 ਕਿਲੋ ਘਟਾ ਲੈਂਦੇ ਜੋ 10 ਪਾਊਂਡ ਭਾਰ ਘਟਾ ਲੈਂਦੇ ਜੋ ਤੁਸੀਂ ਆਪੇ ਸੋਚੋ ਕਿੰਨਾ ਬਲੱਡ ਪ੍ਰੈਸ਼ਰ ਤੁਸੀਂ ਆਪੇ ਘਟਾ ਸਕਦੇ ਜੋ ਇਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਬਹੁਤ ਵਾਰੀ ਲੋਕ ਮੈਨੂੰ ਪੁੱਛਦੇ ਆ ਕਿ ਯਾਰ ਅਸੀਂ ਦਵਾਈ ਨਹੀਂ ਖਾਣੀ ਅਸੀਂ ਬਲੱਡ ਪ੍ਰੈਸ਼ਰ ਆਪਣਾ ਘੱਟ ਕਰਨਾ ਉਹ ਕਿੱਦਾਂ ਕਰ ਸਕਦੇ ਹਾਂ ਸੋ ਇਹ ਇੱਕ ਤਰੀਕਾ ਦੂਜੀ ਗੱਲ ਜੇ ਤੁਹਾਨੂੰ ਡਾਇਬੀਟੀਜ਼ ਆ ਸੋ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਜੋ ਤੁਹਾਡੇ ਤੁਹਾਡੇ ਮਸਲਸ ਨੂੰ ਇੰਸੂਲਿਨ ਦੀ ਲੋੜ ਨਹੀਂ ਪੈਂਦੀ ਜਿਹੜੀ ਤੁਹਾਡੀ ਗਲੂਕੋਸ ਆ ਉਹ ਆਪਣੇ ਆਪ ਹੀ ਤੁਹਾਡੇ ਮਸਲਸ ਵਿੱਚ ਪਹੁੰਚ ਜਾਂਦੀ ਹੈ ਖੂਨ ਤੋਂ ਜੇ ਉਹ ਗਲੂਕੋਸ ਤੁਹਾਡੇ ਮਸਲਸ ਚਲ ਗਈ ਤੁਹਾਡੇ ਮਸ ਤੁਹਾਡੀ ਜਿਹੜੀ ਗਲੂਕੋਸ ਜਿਹੜੀ ਤੁਹਾਡੇ ਸਰੀਰ ਦੀ ਆ ਉਹ ਆਪਣੇ ਆਪ ਘੱਟ ਜਾਣੀ ਆ ਅਤੇ ਤੁਹਾਡੀ ਜਿਹੜੀ ਡਾਇਬੀਟੀਜ਼ ਆ ਉਹ ਕਾਫੀ ਹੱਦ ਤੱਕ ਕੰਟਰੋਲ ਕਰਦੀ ਆ ਇੱਦਾਂ ਹੀ ਤੁਹਾਡਾ HbA1c ਲੈਵਲ ਹੈ ਜਿਹੜਾ ਉਹ ਜਿਹੜੀ ਤੁਹਾਡੀ ਐਕਸਰਸਾਈਜ਼ ਕਰਕੇ ਕਾਫੀ ਥੱਲੇ ਆਉਂਦਾ ਸੋ ਸ਼ੂਗਰ ਬਲੱਡ ਪ੍ਰੈਸ਼ਰ ਬਾਕੀ ਹਾਰਟ ਡਿਜ਼ੀਜ਼ ਜੇ ਤੁਹਾਨੂੰ ਹੋਇਆ ਤਾਂ ਆਲਮੋਸਟ ਤੁਹਾਡਾ ਹਾਰਟ ਡਿਜ਼ੀਜ਼ ਰਿਵਰਸ ਵੀ ਕਰ ਸਕਦਾ ਤੁਸੀਂ ਆਪੇ ਸੋਚੋ ਕਿ ਜਦੋਂ ਆਪਾਂ ਜੰਮਦੇ ਹਾਂ ਸਾਰੇ ਇੱਕ ਨੂੰ ਸੇਮ ਹਾਰਟ ਮਿਲਦਾ ਪਰ ਉਹ ਕੋਈ ਹਾਰਟ ਜਿਹੜਾ ਉਹ ਫਰਾਰੀ 'ਚ ਪੈਣਾ ਉਹ ਜਿਹੜਾ ਇੰਜਣ ਆ ਕਿਸੇ ਦਾ ਫਰਾਰੀ 'ਚ ਆ ਅਤੇ ਕਿਸੇ ਦਾ ਟਾਂਗੇ 'ਚ ਆ ਉਹ ਤੁਹਾਡਾ ਸਰੀਰ ਆ ਉਹ ਟਾਂਗਾ ਅਤੇ ਫਰਾਰੀ ਤੁਸੀਂ ਉਹਨੂੰ ਆਪਣੇ ਸਰੀਰ ਨੂੰ ਟਾਂਗਾ ਬਣਾਉਣਾ ਕਿ ਫਰਾਰੀ ਬਣਾਉਣਾ ਉਹ ਤੁਹਾਡੇ 'ਤੇ ਆ ਅਤੇ ਜਦੋਂ ਜਦੋਂ ਤੁਹਾਡੀ ਫਰਾਰੀ ਬਣਦੀ ਆ ਉਹ ਤੁਹਾਡਾ ਹਾਰਟ ਵੀ ਜਿਹੜਾ ਖੁਸ਼ ਹੋ ਜਾਂਦਾ ਅਤੇ ਉਹ ਸਟਰੋਂਗਰ ਪੰਪ ਕਰਦਾ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਦੂਜੀ ਗੱਲ ਕੋਲੈਸਟਰੋਲ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੁਹਾਡੀ LDL ਜਿਹੜੀ ਉਹ ਆਪਾਂ ਗੱਲ ਕੀਤੀ ਸੀ ਕਿ ਹਾਰਟ ਅਟੈਕ ਕਰਦੀ ਆ ਉਹ ਘਟਾ ਦਿੰਦੀ ਆ ਐਕਸਰਸਾਈਜ਼ ਅਤੇ ਜਿਹੜੀ HDL ਆ ਜਿਹੜੀ ਤੁਹਾਡੇ ਹਾਰਟ ਅਟੈਕ ਘਟਾਉਂਦੀ ਆ ਉਹਨੂੰ ਵਧਾ ਦਿੰਦੀ ਆ ਸੋ ਕੋਲੈਸਟਰੋਲ 'ਤੇ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ ਐਕਸਰਸਾਈਜ਼ ਦਾ ਬਾਕੀ ਇਨਫਲਮੇਸ਼ਨ ਸੋਜ ਘਟਾਉਂਦੀ ਆ ਤੁਹਾਡੇ ਸਰੀਰ 'ਚੋਂ ਹੁਣ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਕਰੋਨਾ ਦੇ ਚੱਕਰਾਂ ਵਿੱਚ ਸੋਜ ਦਾ ਕਿੰਨਾ ਇਫੈਕਟ ਹੁੰਦਾ ਵਾ ਤੁਹਾਡੀ ਬਾਡੀ 'ਤੇ ਸੋ ਇੱਦਾਂ ਹੀ ਜਿਹੜੀ ਐਕਸਰਸਾਈਜ਼ ਆ ਤੁਹਾਡੀ ਓਵਰਆਲ ਸਰੀਰ ਦੀ ਸੋਜਣ ਘਟਾ ਦਿੰਦੀ ਆ ਸੋ ਇਹ ਵੀ ਜ਼ਰੂਰੀ ਆ ਬਾਕੀ ਤੁਹਾਡੀਆਂ ਹੱਡੀਆਂ ਸਟਰੋਂਗ ਕਰਦੀ ਆ ਜਦੋਂ ਜਦੋਂ ਆਪਣੀ ਉਮਰ ਹੁੰਦੀ ਆ ਆਪਣਾ ਜਿਹੜਾ ਹੱਡੀਆਂ ਜਿਹੜੀਆਂ ਵਾ ਉਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਅਤੇ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਉਹਨੂੰ ਆਪਾਂ ਸਟ੍ਰੇਨ ਦਿੰਦੇ ਹਾਂ ਖਾਸ ਕਰਕੇ ਛੋਟੀ ਉਮਰ 'ਚ ਆਪਣੀਆਂ ਜਿਹੜੀਆਂ ਹੱਡੀਆਂ ਵਾ ਉਹ ਸਟਰੋਂਗ ਹੀ ਰਹਿੰਦੀਆਂ ਵਾ ਸੋ ਇਸ ਲਈ ਬਹੁਤ ਜ਼ਰੂਰੀ ਆ ਔਰ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਇਹਦਾ ਗੁੱਡ ਇਫੈਕਟ ਆ ਕਿ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਇਹ ਪ੍ਰੂਵਨ ਆ ਕਿ ਉਹ ਜ਼ਿਆਦਾ ਦੇਰ ਜਿੰਦਾ ਰਹਿੰਦਾ ਦੂਜੀ ਗੱਲ ਜਿਹੜਾ ਕੈਂਸਰ ਦੀ
गल करते हैं आप बहुत बारी कैंसर जी थोड़ी शरीर की सोज करके आती है और जो आप एक्सरसाइज करते हैं अपनी शरीर हैल्थी आ मोटापा घट आ हार्ट डिजीज़ नहीं है शुगर नहीं हैगी कंट्रोल च आ ब्लड प्रैशर कंट्रोल च आ तो साढ़े कैंसर होने के चांस भी बहुत घट जाते हैं। सो ये कुछ कुछ गल्ल क्यों एक्सरसाइज जरूरी आ कुछ एक्सरसाइजा सी जो अज आप काफ़ी डिस्कस कीतियां तुहाडे लई बहुत फायदेमंद होणगियां हौली हौली करियो। बाकी मैं तुहानू ये गल दसदा कि कभी भी आप एक्सरसाइज जिहड़ी करते हैं उहदे नाल डाइट बहुत जरूरी है। सो डाइट वल जरूर ध्यान रखियो। बाकी मेरे वीर दा नंबर तुहानू स्क्रीन दे थल्ले असीं दे दिंदे आ, तुसीं इहनां नू वट्सएप कर सकते जो भावें तुसीं अमेरिका विच वर्कआउट्स चाहुंदे जो वो तुहानू भेज सकते आ इन कॉन्टैक्ट तुहाडे रहि सकदे आ। बाकी तुसी कदी भी पंजाब आउंदे हो तुसी इन्हां नूं कॉन्टैक्ट कर सकते हो तो इन्हां नाल 14 डे 21 डे प्रोग्राम सैटअप कर सकते हो जिथे वो तुहाडे कोल होण तुहानूं ट्रेनिंग देणगे। और मैं तुहानूं इन्ना दसदा कि जे तुसी किसे नाल 14 दिन 21 दिन ला लो ना जे तुहाडी कोई प्रॉब्लम है बैक पेन है शोल्डर पेन है मोस्ट लाइकली दूर हो जाऊगी। ओवरऑल तुहानूं एक गाइडेंस मिल जूगी कि बाकी लाइफ जां कुछ अगले साल आउंदे साल लई तुहानूं की करना चाहिए। सो काफ़ी कुछ आप डिस्कस किया इस एपीसोड आप इतों ही कंटिन्यू रखा नैक्सट वीक अपने आने वाली एपीसोड होर वर्कआउट्स डिस्कस करांगे।